ਅਸਲਾਮ ਵਾਲੇਕੁਮ ਬੇਲੀਓ ਕੀ ਹਾਲ ਚਾਲ ਹੈ ਖੈਰ ਖਰੀਤ ਨਾਲ ਲੱਗੇ ਹੋ ਉਮੀਦ ਕਰਾਂਗਾ ਕਿ ਸਾਰੇ ਮੇਰੇ ਦੋਸਤ ਵੇਖਣ ਵਾਲੇ ਠੀਕ ਠਾਕ ਹੋਣਗੇ ਖੈਰ ਖਰੀਤ ਨਾਲ ਹੋਣਗੇ ਤੇ ਦੋਸਤੋ ਇਹ ਮੋਬਾਈਲ ਨੰਬਰ ਮੇਰਾ ਚੱਲ ਰਿਹਾ ਜਿਸ ਦੋਸਤ ਮੇਰ ਨਾਲ ਰਾਬਤਾ ਕਰਨਾ ਹੋਵੇ ਨਾ ਕਰ ਲੇਗਾ ਸ਼ਫਕਤullah ਬਲੌਗ ਦੇ ਡੇਰੇ ਦੇ ਉੱਤੇ ਜਨਾਬ ਆਏ ਆ ਤੇ ਇਹਨਾਂ ਕੋ ਮਾਸ਼ਾਅੱਲਾ ਖੂਬਸੂਰਤ ਜਾਨਵਰ ਨੇ ਇਹਨਾਂ ਦੀ ਡਿਟੇਲ ਤੇ ਭਾਈ ਸ਼ਫਕਤ ਦਾ ਨੰਬਰ ਤੁਹਾਡੀ ਮੋਬਾਈਲ ਸਕਰੀਨ ਤੇ ਸ਼ੋ ਹੋ ਜਾਏਗਾ ਜੇ ਇਹਨਾਂ ਦੋਸਤਾਂ ਇਹਨਾਂ ਨਾਲ ਰਾਬਤਾ ਕਰਨਾ ਆਏਗਾ ਵਟਸਐਪ ਦੇ ਉੱਤੇ ਮੋਬਾਈਲ ਤੇ ਉਹ ਕਰ ਲੈਣਗੇ ਤੇ ਮਾਸ਼ਾਅੱਲਾ ਖੂਬਸੂਰਤ ਮੁਸ਼ਕੀ ਬਿਛੇਰੀ ਹੈ ਬਿਛੇਰੀ ਖਾਨੇ ਆ ਰੇਟ ਤੇ ਨੰਬਰ ਸ਼ਫਤ ਕਰਵਾਇਦਾ ਚੈਰ ਕਰਦੇ ਆ ਆਜਾ ਲੋ ਬਈ ਦੋਸਤੋ ਮਾਸ਼ਾਅੱਲਾ ਖੂਬਸੂਰਤ ਬਿਛੇਰੀ ਸ਼ਫਕਤullah ਦੀ ਸੋਹਣੀ ਬਿਛੇਰੀ ਹੈ ਇਹਨੂੰ ਨਜ਼ਰ ਮਾਰੋ ਜਨਾਬ ਇਹਦੇ ਲੋ ਜੀ ਸ਼ਫਕਤullah ਦੀ ਖੂਬਸੂਰਤ ਮੁਸ਼ਕੀ ਵਿਚੇਰੀ ਇਹਦੇ ਅਗਲੇ ਪਿਛਲੇ ਪੈਰ ਵੇਖ ਲਓ ਲੱਤਾਂ ਵੇਖ ਲਓ ਪੁੱਠਿਆਂ ਨੂੰ ਨਜ਼ਰ ਮਾਰ ਲਓ ਮੱਜਾਂ ਪਰੇਸ਼ਾਨ ਹੋਈਆਂ ਨੇ ਸ਼ਫਕਤullah ਦੀਆਂ ਭਈਏ ਕੀ ਕਰਦੇ ਪੈਂ ਮਾਸ਼ਾਅੱਲਾ ਜੀ ਲੋ ਜੀ ਇਹਦੀ ਡਿਟੇਲ ਸ਼ਫਕਤ ਭਾਈ ਕੋ ਅਸੀਂ ਲੈ ਲੈਨੇ ਹਾਂ ਮੱਥੇ ਵੇਖ ਲੈ ਹਾਂ ਜੀ ਮੱਥੇ ਫੁੱਲੀ ਏ ਦੀ ਯਾ ਮੱਥੇ ਫੁੱਲੀ ਆ ਅੱਛਾ ਇਹਨੂੰ ਮਾਰ ਜਾ ਦੁੜਕਾ ਦੇ ਤੇ ਫਿਰ ਸਾਡੇ ਕੋਲ ਆ ਜਾ ਜ਼ਰਾ ਕਈ ਵਾਰੀ ਛੋਤੇ ਮੇਰੇ ਆਰ ਬਰੇਲਰ ਮੁਰਗੇ ਬਣੇ ਪੈਣ ਦੁੜਕਾਉਣ ਦਾ ਖੀਵੇ ਤੇ ਉਹਨਾਂ ਦੇ ਵਾਸਤੇ ਮਸਲਾ ਬਣ ਜਾਂਦਾ ਸ਼ਾਫਦੁੱਲਾ ਕਿਤਨੀ ਉਮਰ ਏ ਦੀ ਇਹ ਕਿਤਨੀ ਉਮਰ? ਇਹਦੀ ਬਾਜੀ ਇਸ ਟਾਈਮ ਉਮਰ 15 ਮਹੀਨੇ। 15 ਮਹੀਨੇ। ਜੀ ਹਾਂ। ਤੇ ਇਹ ਕਿਹੜੇ ਪਿਓ ਦੀ ਏ? ਇਹ ਜ਼ੁੱਲੇ ਵਾਲ ਜਿਹੜਾ ਉਹ ਘੋੜਾ ਮਸਤਾਨਾ ਛੇ ਬਿਆਲਾ। ਹਾਂਜੀ। ਇਹ ਉਸ ਦੀ ਦੀ ਏ। ਪੱਕੀ ਗੱਲ ਏ। ਬਿਲਕੁਲ ਪੱਕੀ ਗੱਲ ਏ। ਅੱਛਾ। ਜੀ ਹਾਂ। ਤੇ 15 ਮਹੀਨੇ ਉਮਰ ਹੈ ਤੇ ਕਾਦ ਕਿਤਨਾ ਹੈ ਕਿਸੂੰ? ਕਾਦ ਇਸ ਟਾਈਮ ਦਾ 59 55 ਇੰਚ ਹੈ। 59 55 ਇੰਚ। ਜੀ ਹਾਂ। ਤੇ ਕਾਦ ਕਿਤਨਾ ਕਰ ਜਾਸੀ? ਇਹ ਘੋੜੀ ਬਣਸੀ 68 68 ਇੰਚ। 68 68 ਇੰਚ ਬਣਸੀ। ਜੀ ਹਾਂ ਵੱਡੀ ਘੋੜੀ ਬਣਸੀ। ਅੱਛਾ। ਜੀ ਹਾਂ। ਵੱਡੀਆਂ ਘੋੜੀਆਂ ਬਣਨ ਵਾਲੀ ਇੱਕ ਮੁਨਾਸਬ ਜਿਹਾ ਮਾਹੌਲ ਸ਼ਫਕਤੁੱਲਾ ਦਾਸ ਆ ਰਿਹਾ ਵਾ ਇਹਦਾ ਕਿਹੜਾ ਮੋਲ ਬਛੇਰੀ ਹੋਈ ਨਹੀਂ ਨਹੀਂ ਮੈਂ ਲੇਰ ਪੈਸੇ ਮੰਗੇ ਕਦੀ ਨਹੀਂ ਇਹਦਾ ਮੁੱਲ ਸਿਰੇ 2,70,000 ਰੁਪਇਆ ਮੰਗਨੇ ਆ ਅੱਛਾ ਜੀ ਤੇ ਦੇਸੇ ਕਿਦਨੇ ਆ ਪਿਆਰ ਮੁਹੱਬਤ ਹੋ ਜਾਸੀ ਅੱਛਾ ਜੀ ਚਲੋ ਜੀ ਬਿਲਕੁਲ ਬਛੇਰੀ ਬੜੇ ਹਯਾਤ ਮਨਾਸਬ ਰੇਟ ਦੇ ਸਾਂਗੇ ਮੈਂ ਮੋਲ ਮੰਗਣੇ ਮੋਂਨੇ ਮੰਗੇ ਹੀ ਢਿੰਦੇ ਨੇ ਮੰਗ ਨਹੀਂ ਵੀ ਨਹੀਂ ਜਾਂਦੇ ਵਾਥੇ ਇਹ ਤਾਂ ਹੈ ਬਈ ਜ ਨਹੀਂ ਮਹਨ ਮੋਲ ਮੰਗੀਆਂ ਮੈਂ ਤਾਂ ਮੋੜ ਗੀਸ ਗਾ ਕੀ ਆਂਦੇ ਨਾ ਗਾ ਕੀ ਭੋ ਜਿਹੜਾ ਪਿੰਦੇ ਨੇ ਹਾਂਜੀ ਉਹ ਵੀ ਜ਼ਮੀਨ ਤੇ ਬਹਿ ਰਹਾਂ ਦੇਣ ਅੱਛਾ ਤੇ ਗੁਜਦੋਂ ਅਸੀਂ ਲੈਣ ਜਾਂਦਾ ਕੋ ਸਾਨੂੰ ਨਹੀਂ ਢੀਂਦੀ ਅੱਛਾ ਜੀਆ ਚਲੋ ਠੀਕ ਹੋ ਗਿਆ ਜੀ ਦੋਸਤੋ ਮਾਸ਼ਾਅੱਲਾ ਖੂਬਸੂਰਤ ਸ਼ਫਕਤullah ਦੀ ਕੋੜੀ ਹੈ ਇਹਨੂੰ ਨਜ਼ਰ ਮਾਰ ਲਓ ਸਜਣਾ ਤੇ ਯੂਟਿਊਬਰ ਦੇ ਉੱਤੇ ਬਿਲਕੁਲ ਨਹੀਂ ਡਿਪੈਂਡ ਕਰਨਾ ਮੈਂ ਤੇ ਆਪਾਂ ਦਾ ਬਿਲਕੁਲ ਮੇਰੀ ਵੀਡੀਓ ਤੇ ਨਾ ਕਰਿਆ ਕਰੋ ਚੈੱਕ ਕਰ ਲਿਆ ਕਰੋ ਸ਼ਾਇਦ ਨੂੰ ਤਸੱਲੀ ਕਰ ਲਿਆ ਕਰੋ ਇਹਦੇ ਮੁਠੇ ਛੁੱਟੇ ਵੇਖ ਲਓ ਇਹਦੇ ਪੁੱਠੇ ਵੇਖ ਲਓ ਸ਼ਫਕਤullah ਇੰਜ ਫੇਰ ਹੀ ਜ਼ਰਾ ਇਹਨੂੰ ਇੰਜ ਲੈ ਆ ਜ਼ਰਾ ਇਹਨੂੰ ਥੋੜਾ ਜਿਹਾ ਟੋਰ ਕੇ ਵਿਖਾ ਆ ਜ਼ਰਾ ਇਹਦੇ ਮਾਸ਼ਾਅੱਲਾ ਲੋ ਵੇ ਸਜਣੋ ਆ ਡੇਰੇ ਦੇ ਜਾਨਵਰ ਜੇ ਇਹ ਡੇਰੇ ਦੇ ਉੱਤੇ ਮੌਜੂਦ ਹੈ ਕਿ ਮੱਡੀ ਵਾਲੇ ਜਾਨਵਰ ਨਹੀਂ ਆ ਸ਼ੌਕ ਵਾਲੇ ਜਾਨਵਰ ਆ ਮਾਸ਼ਾ ਅੱਲਾਹ ਜੀ ਲੋ ਜੀ ਇਹਦੀ ਡਿਟੇਲ ਸ਼ਫਕਤੁੱਲਾ ਕੋ ਲੈਨੇ ਆ ਇਹਦਾ ਮੱਥਾ ਸਾਫ਼ ਸ਼ਫਕਤੁੱਲਾ ਮੱਥਾ ਚਾਵੇਂ ਭਲਾ ਇਹਦਾ ਅੱਛਾ ਨਮਸਕਾਰ ਲੈ ਮੇਰੇ ਕੈਮਰਾ ਵਾਲਾ ਕਿ ਤਾ ਸੱਲਣਾ ਚਾਹਤਾ ਮਾਸ਼ਾ ਅੱਲਾਹ ਇਹਦੀ ਕਿਤਨੀ ਉਬਾਰ ਜੰਗਲ ਆ ਇਦੂ ਮਾਰੇ ਸਤੰ ਚਾਰ ਸਾਲ ਹੈ ਚਾਰ ਸਾਲ ਪੱਕੀ ਚਾਰ ਸਾਲ ਹੈ ਚਾਰ ਲੱਗੀਆਂ ਗੋੜੇ ਅੱਛਾ ਦੰਦਾਂ ਦੇ ਗੋੜੇ ਪੱਕੇ ਚਾਰ ਲੱਗੇ ਜੀ ਅੱਛਾ ਜੀ ਭਾਈ ਜੀ ਉਮਰ ਚਾਰ ਸਾਲ ਹੈ ਚਾਰ ਸਾਲ ਭਾਈ ਦੰਦਾਂ ਚ ਚਾਰ ਲੱਗੀਆਂ ਪੱਕੇ ਚਾਰ ਲੱਗੇ ਲੱਗੇ ਪੱਕੇ ਦੰਦ ਚਾਰ ਦੇ ਘੱਟ ਗਈ ਹੈ ਅੱਛਾ ਜੀਾ ਪੂਰੇ ਚਾਰ ਸਾਲ ਦੇ ਜਿਹੜਾ ਚਾਰ ਦੇ ਦੰਦ ਹੁੰਦੇ ਨੇ ਨਾ ਉਹ ਗੋੜੇ ਮੁਕਮਲ ਕੀਤੇ ਹੋਲੇ ਅੱਛਾ ਜੀਾ ਜੱਭਣੇ ਜੇ ਖਾਲੀ ਇਹ ਗੋੜੀ ਇਸਟਮ ਬਾਜੀ ਖਾਲੀ ਹੈ ਖਾਲੀ ਹੈ ਜੀ ਬਿਲਕੁਲ ਖਾਲੀ ਹੈ ਅੱਛਾ ਜੀਾ ਇਹ ਜਿੰਨਾ ਲੈਣੀ ਆ ਉਹਦਾ ਘੋੜਾ ਇਹਦਾ ਥਾਨ ਚੈੱਕ ਕਰਾ ਕੇ ਆਪ ਕਰਾਸ ਕਰਾਉਣੇ ਜੀ ਹਾਂ ਅੱਗੇ ਕੋਈ ਸੂਹਤ ਨਾ ਨਾ ਇਹ ਘੋੜੀ ਪੈਸ ਟਾਈਮ ਕੋਈ ਸੁਵਾਈ ਨਹੀਂ ਸੋਈ ਜੀ ਹਾਂ ਇਹ ਬਿਲਕੁਲ ਪਹਿਲੀ ਵਾਰੀ ਘੋੜਾ ਇਹਸੇ ਪਹਿਲੀ ਵਾਰ ਕਰਾਸ ਬਿਲਕੁਲ ਘੋੜੀ ਸਾਫ ਹੈ ਚੜਸੋ ਬਿਲਕੁਲ ਹੁਣ ਚੜ ਕੇ ਚੈੱਕ ਕਰੀ ਸਾ ਅੱਛਾ ਮੋਲੇ ਦਾ ਕੀ ਕਰਦੇ ਇਹ ਘੋੜ ਦਾ ਮੋਲ ਬਾਜੀ 4 ਲੱਖ ਰੁਪਈਆ 4 ਲੱਖ ਰੁਪਈਆ ਜੀ ਹਾਂ ਦੇਵਣ ਕਿਤਨੇ ਤਾਈ ਨੇ ਚਾ ਚੁਰੈਦ ਕਰ ਲੀ ਸਾ ਕਦ ਕਿਤਨਾ ਹੈ ਗਿਆ ਕਦ ਘੋੜਾ ਮੁਕਮਲ 60 ਇੰਚ 60 ਇੰਚ ਜੀ ਹਾਂ ਨਹੀਂ ਤਾਂ ਥੋੜਾ ਮਲੂਮ ਨਾ ਤੁਸੀਂ ਚੈੱਕ ਫਿੱਤਾ ਮਾਰ ਲਵਿਆ ਇਹ ਰਬਾਈ ਲੈਣਾ ਸੀ ਨਾ ਫੀਤਾ ਮਾਰ ਲੇ ਤੇ ਘੋੜੇ 60 ਇੰਚ ਕਾਦ ਨੂੰ ਪੂਰਾ ਦੀ ਸਾ ਅੱਛਾ ਜੀ ਹਾਂ 4 ਲੱਖ ਰੁਪਈਆ ਡਿਮਾਂਡ ਕਰਦਾ ਪਿਆ ਜੀ ਹਾਂ 4 ਲੱਖ ਸਹੀ ਹੋ ਗਿਆ ਲਓ ਜੀ ਇਹਦੇ ਤੇ ਸਵਾਰੀ ਕਰੋ ਓਏ ਵੇਚਣੀ ਨੇ ਵੇਚਣੀ ਇਹਦਾ ਸਿਸ ਕਾਹਦੀ ਵੇਚਣੀ ਹਲਾ ਤਸਵੀਰ ਬਣਾ ਹਲਾ ਕੀ ਆਂਦੇ ਫੋਟੋ ਬਣਾ ਲਵਾ ਤੇ ਵੇਚਣ ਵੇਚਣ ਦੀ ਗੱਲ ਨਹੀਂ ਕਰਨੀ ਵੇਚੀ ਕੋਈ ਦਾ ਚੀਤੇ ਰੁਪਈਆ ਕੌਣ ਦਿੰਦਾ ਅੱਛਾ ਕੀ ਆਂਦੇ ਅਨਮੋਲ ਕੀ ਇਹ ਟੋੜੀ ਹੈ ਟੋੜਾ ਟੋੜੀ ਹੈ ਅੱਛਾ ਟੋੜੀ ਦੀ ਬਣਾਣਾ ਨਹੀਂ ਨਹੀਂ ਛੋਣ ਜਾਨਵਰ ਇਹ ਕਿਤਨੀ ਉਮਰ ਹੈ ਡਾਚੀ ਦੀ 4 ਸਾਲ 4 ਸਾਲ ਇਹ ਖੀਰ ਦੇ ਦੰਦ ਲਈ ਵਧੀਆ ਅੱਛਾ ਦਵਾਕ ਨਹੀਂ ਹੋਈ ਦਵਾਕ ਨਹੀਂ ਲੱਗੀ ਕੀ ਆਂਦੇ ਵਕੱਕੇ ਬਰਾਲਾਂ ਲਈ ਹੈ ਟਿਕ 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 ਮਿਹਰਬਾਨੀ ਜੀ ਬਜ਼ੁਰਗੋ ਸ਼ੁਕਰੀਆ ਵੀਡੀਓ ਬਣਾ ਲਾ ਘੋੜੀ ਲਓ ਜੀ ਉਹਦੀ ਸਵਾਰੀ ਦੀ ਵੇਖੋ ਕੋ ਚਾਲ ਚੋਲ ਵੀ ਹੈ ਇਹ ਦੇਖੋ ਹਾਂ ਘੋੜੀ ਠੁੰਦੀ ਹੈ ਉਹ ਨਾ ਬੰਦੀ ਹੈ ਔਰ ਹੱਟਾਂ ਦੇ ਵੇਸ ਪਿੱਛਾ ਮੋੜ ਲਾ ਬਾਈ ਮਾਸ਼ਾਅੱਲਾ ਮੋੜਦਾ ਉਹੜੀਏ ਫੜੀਆ ਲੰਬੇ ਕੋਚੜੇ ਆਈ ਨੇ ਹੂੰ ਇਸ ਆਪ ਇਹਨੂੰ ਸਿੱਟਾ ਕਰ ਦੇਦਾ ਵਾ ਬਥੇਰੀ ਬੜੀ ਘਰਾਂਟ ਵਾਲੀ ਹੈ ਤਾਕ ਲੈ ਤਾਕ ਲੈ ਵਾ ਤਾਕ ਮੈਂ ਤਾਂ ਲੋ ਜੀ ਦੋਸਤੋ ਸਵਾਰੀ ਦੀ ਸਾਫ ਹੈ ਮਾਸ਼ਾਅੱਲਾ ਇਹਦੀ ਡਿਟੇਲ ਜਿਹੜੀ ਹੈ ਸ਼ੇਅਰ ਹੋ ਗਈ ਹੈ ਦੋਸਤਾਂ ਦੇ ਨਾਲ ਰਾਪਤਾ ਨੰਬਰ ਸ਼ਫਕਤੁੱਲਾ ਦਾ ਸ਼ੇਅਰ ਹੋ ਰਿਹਾ ਇਹਨਾਂ ਨੂੰ ਰਾਪਤਾ ਕਰ ਲਓ ਤੇ ਹੁਣ ਤੁਹਾਨੂੰ ਇਹਨਾਂ ਦੀ ਵਿਚੇਰੀ ਵਿਖਾਣੇ ਆ ਸ਼ਫਕਤੁੱਲਾ ਇੱਥੇ ਲਿਆ ਹਜ਼ਰਤ ਸਾਹਮਣੇ ਇਹਨੂੰ ਵਿਚੇਰੀ ਨੂੰ ਥੋੜੀ ਪਰਾ ਫੇਰ ਲਾਈਟ ਜਾ ਲੋ ਜੀ ਮਾਸ਼ਾਅੱਲਾ ਕੁੱਲਾ ਰੰਗ ਇਹਦਾ ਇਹਦਾ ਸਮਾਨ ਦਾ ਕੁੱਲਾ ਕਾਂਡੇ ਕਾਂਡੇ ਸਮਾਨ ਦਾ ਕੁੱਲਾ ਆਹ ਕੀ ਕਰ ਰਿਹਾ ਸ਼ਫਕਤੁੱਲਾ ਬਹੁਤ ਵਥਰੀ ਹੈ ਕੋਈ ਇਹ ਕੀ ਆਦੇ ਤੱਤੀ ਕਰੰਟ ਵਾਲੀ ਹੈ ਤੱਤੀ ਕਰੰਟ ਵਾਲੀ ਹੈ ਬਖੇਰੀ ਨੇ ਹਾਲਾ ਅਸਲ ਇਹ ਲਓ ਜੀ ਇਹਦੀ ਕਾਂਡ ਦੀ ਲਕੀਰ ਵੇਖੋ ਰੁਕ ਵੀ ਜਾ ਰਹਾ ਹਮ ਨਾਲ ਢੇਰ ਪਰ ਆਣਾ ਲੈ ਜਾ ਨਾ ਘੋੜੀ ਹੋਰ ਲੈ ਜਾ ਮਾਸ਼ਾਅੱਲਾ ਜੀ ਇਹਦੀ ਕਾਂਡ ਦੀ ਲਕੀਰ ਤੁਸੀਂ ਵੇਖ ਸਕਦੇ ਹੋ ਸਮਾਨਦ ਕੁੱਲੀ ਹੈ ਵਿਚੇਰੀ ਹੈ ਦੋ ਪੈਰ ਦੇ ਸਫੈਦ ਮੱਥੇ ਪਟਾ ਦੋ ਪਿਛਲੇ ਇਹਦੇ ਸਫੈਦ ਹੈ ਤੇ ਮੱਥੇ ਪਟਾਏ ਦੇ ਗਾਨਾ ਨਿਕਲਉ ਤੂੰ ਚੈੱਕ ਕਰ ਰਵੇ ਮਾਸ਼ਾਅੱਲਾ ਜੀ ਸ਼ਫਕਤullah ਸੋਹਣੀ ਹੈ ਅੱਲਾ ਪਾਕ ہماری ਕਾਇਨ ਨ ਬਸ ਜਿਹੜਾ ਦੋਸਤ ਸਾਡਾ ਕੋ ਖਰੀਦੇਗਾ ਉਹਦੇ ਨਸੀਬ ਕਰੇ ਤੇ ਤੁਹਾਡੇ ਵੀ ਕਰੇ ਜੀ ਤੇ ਖੈਰ ਨਾਲ ਅਗਲੇ ਕਿੱਲੇ ਤੇ ਜਾਵੇ ਸ਼ਫਕਤullah ਕਿੰਨੀ ਉਮਰ ਹੈ ਦੀ ਇਹਦੀ ਮੈਂ ਤਕਰੀਬਨ ਇਸ ਟਾਈਮ 11 ਕਿ ਮਹੀਨੇ ਆਏ 11 ਮਹੀਨੇ ਆਏ ਪੱਕੀ 11 ਮਹੀਨੇ ਵਾਪਤ ਨਹੀਂ ਯਾਰ 11 ਮਹੀਨੇ ਬੰਦਿਆਂ ਨੂੰ ਪਤਾ ਲੱਗ ਜਾਂਦਾ ਨੇ ਯਾਰ ਜਿਹੜਾ ਮੌਕੇ ਤੇ ਐਸੀ ਨਾ ਜੀ ਹਾਂ 11 ਤੋਂ 12 ਮਹੀਨੇ ਵੀ ਬਛੇਰੀ ਨਾ ਲਈ ਸੀ ਅੱਛਾ ਮੁੰਡਾ ਮੁੰਡਾ ਕਿਰਾਇਆ ਜਲਸਾ ਇਹ ਕਿਹੜਾ ਬਲੱਡ ਹੈ ਦੇਸੀ ਬਛੇਰੀ ਇਹ ਦੇਸੀ ਬਛੇਰੀ ਪ्योर ਦੇਸੀ ਹਾਂ ਜੀ ਅੱਛਾ ਇਹ ਅਮਾਨਾ ਜੱਪਿਆਲੇ ਘੋੜੇ ਦੀ ਹੈ ਅੱਛਾ ਇਹਦੀ ਮਾਂ ਕੁੱਲੀ ਆਈ ਹਾਂ ਘੋੜਾ ਉਹਨੂੰ ਨੁਕਰਾ ਕਰਾਉਂਦਾ ਵਿਚੂ ਮੇ ਸਾਮਾਨ ਕੁੱਲੀ ਬਣੀ ਕਾਦ ਕਿਤਨਾ ਕਰਸੀ ਜੇ ਕਾਦ ਹਾਂ ਕਾਦ ਇਹ ਕਾਠ 8 8 ਇੰਚ ਵਿਚੇਰੀ ਬਣਤੀ ਉਮਰ ਤੇ 11 ਮਹੀਨੇ ਮਾਂ ਦਾ ਦੁੱਧ ਪੀਂਦੀ ਹੁਣ ਰੱਸਾ ਪਾਇਆ ਹੈ ਅੱਛਾ ਜੀਆ ਚਲੋ ਠੀਕ ਹੋ ਗਿਆ ਤੇ ਮੁੱਲ ਵੀ ਹੁਣ ਕੋ ਮناسب ਜੇ 10 ਛੜੋ ਯਾਰ ਤੇਰੇ ਅੱਗੇ ਨਾ ਕੋੜੀਆਂ ਦੀ ਮਲਾਈਆ ਵਿਚੇਰੀਆਂ ਦੀ ਵੀਡੀਓ ਯਾਦ ਹੈ ਜਿਹੜੀ ਪਹਿਲੀ ਲਾਈਆ ਤੇ ਜਿਸ ਲਈ ਤੈਨੂੰ ਮੈਂ ਆਂਦਾ ਨਾ ਬਈ ਯਾਰ ਸ਼ਫਕਤullah ਕੋ ਮناسب ਕਰ ਤੇ ਲੋਕਾਂ ਥੱਲੋ ਲਿਖਿਆ ਬਈ ਯਾਰ ਇਹ ਅੱਗੇ ਮناسب ਮੰਗਦਾ ਪਿਆ ਤੇ ਹੋਰ ਇਹਦੇ ਕੋ ਕਿ ਮناسب ਕਰਾਉਂ ਹੈ ਤੇ ਉਹ ਜੇ ਮناسب ਰਖਸੇ ਮੋਲ ਹੋਵੇ ਤਾਂ ਢਿੰਦਾ ਹੀ ਰਲਦਾ ਮਿਲਦਾ ਮੋਲ ਹੋਵੇ ਮੇਰੇ ਖਲੋਤੀਆਂ ਘਰ ਆਂਦੀਆਂ ਹਾਂ ਇਹ ਤਾਂ ਹੈ ਜੀ ਇਹ ਅਕਸਰ ਲੋਕ ਬਾਅਦ ਫਿਰ ਮੈਨੂੰ ਕਾਲ ਕਰਦੇ ਨੇ ਯਾਰ ਅੱਛਾ ਇਹ ਬੜੀ ਹੁੰਦਾ ਵੀ ਸ਼ਾਇਦ ਇੰਟਰਨੈਟ ਦੇ ਉੱਤੇ ਸ਼ਾਇਦ ਮੰਗੀ ਵਿਕ ਜਾਂਦੀ ਏ ਉਹ ਨਹੀਂ ਵਿਕਦੀ ਤੇ ਬਾਅਦ ਚਾਹੁੰਦੇ ਨੇ ਵੀ ਯਾਰ ਹੁਣ ਸਸਤਾ ਇਹਦਾ ਰੇਟ ਲਾ ਦੇ ਤੇ ਦੁਬਾਰਾ ਵੀਡੀਓ ਲਾ ਤੇ ਮੈਂ ਅਕਸਰ ਉਮੀਦ ਮਤਲਬ ਅਕਸਰ ਤੇ ਮੈਂ ਲਾਂਦਾ ਹੀ ਨਾ ਵੀਡੀਓ ਇੱਕ ਵਾਰੀ ਲਾ ਆਪਣੀਆਂ ਖੂਬੀਆਂ ਤੇ ਹਾਂ ਜੀ ਬਾਕੀ ਮੇਰੀ ਇਹ ਵਛੇਰੀਆ ਵੇਖੋ ਇਹਨਾਂ ਨੂੰ ਸਮਝ ਆਇਆ ਉਹ ਪੀਮਰਾ ਲੀ ਵਛੇਰੀ ਹੈ ਅੱਛਾ ਇਹ ਖੀਰ ਹੈ ਵਧੀਆ ਤੇ ਮੁੱਲ ਇਹਦਾ ਮੁੱਲ ਭਾਈ ਦੇ ਸਿਰੇ 280000 ਰੁਪਏ 280000 ਚਲੋ ਠੀਕ ਹੋ ਗਿਆ ਹੁਣ ਮੈਂ ਫਿਰ ਪੁੱਛਦਾ ਨਹੀਂ ਭਈ ਦੇਵਣੀ ਕਿੰਨੇ ਦਾ ਹੀ ਹੈ ਇਹ ਆਪੇ ਵਾ ਦੋਸਤ ਕਰ ਲੈਣਗੇ ਸਰ ਭਾਈ ਵਛੇਰੀ ਲੈਣ ਆਏ ਨਾ ਹਾਂ ਮੈਂ ਤਾਂ ਪਿਆਰ ਮੁਹੱਬਤ ਨਾ ਕਰਸਾਂ ਮੈਂ ਤੁਹਾਨੂੰ ਫੋਨ ਕਰਕੇ ਦੱਸਿਆ ਸੀ ਮੇਰਾ ਛੇਰੀ ਤੁਹਾਡੀ ਵੀਡੀਓ ਤੇ ਚੜੀ ਆਈ ਹਾਂ ਅਸੀਂ ਲੈਣ ਗਏ ਆ ਸਾਡਾ ਸ਼ਫਕਤ ਭੋਗਾ ਯਾ ਦੀ ਵਛੇਰੀ ਚਲੋ ਜੀ ਬੜੀ ਗੱਲ ਹੈ ਬੜੀ ਗੱਲ ਤੁਹਾਡਾ ਬਕਾਇਦਾ ਸ਼ੁਕਰੀਆ ਅਦਾ ਕਰੇ ਠੀਕ ਹੋ ਗਿਆ ਠੀਕ ਜੀ ਜੀ ਦੁਰਖਾ ਹੋਵੇ ਨੂੰ ਮਾਸ਼ਾਅੱਲਾ ਜੀ ਵੇਖੀ ਵੇਖੀ ਧਿਆਨ ਕਰੀ ਪੈਰਾਂ ਤੇ ਚੜੀ ਜੀ ਠੀਕ ਹੋ ਗਿਆ ਲਓ ਬਈ ਦੋਸਤੋ ਇਹ ਡੇਰੇ ਦਾ ਮਾਲ ਜੇ ਇਹ ਡੇਰਾ ਤੁਸੀਂ ਮਾਸ਼ਾਅੱਲਾ ਖੂਬਸੂਰਤ ਵੇਖ ਸਕਦੇ ਹੋ ਔਰ ਪਿੰਡ ਤੋਂ ਬਾਹਰ ਬੜਾ ਖੂਬਸੂਰਤ ਡੇਰਾ ਮਾਸ਼ਾਅੱਲਾ ਜੀ ਬੱਕਰੀਆਂ ਗਾਵਾਂ ਮੱਝਾਂ ਡਾਚੀ ਤੋਡੀ ਤੇ ਹਰਸ਼ ਆ ਕੁੱਕੜ ਬੱਚੇ ਹੱਸਦੇ ਪੈਣ ਵੀ ਸਾਡੇ ਵਾਸਤੇ ਪੁੱਤਰ ਨਵੀਂ ਗੱਲ ਹੈ ਪੁਰਾਣੀ ਗੱਲ ਹੈ ਲੇਕਿਨ ਕਈ ਦੋਸਤਾਂ ਵਾਸਤੇ ਨਵੀਂ ਗੱਲ ਹੈ ਜੀ ਔਰ ਸਾਡੇ ਜਿਹੜੇ ਪਿੰਡਾਂ ਦੇ ਤਰਸੇ ਹੋਏ ਲੋਕ ਬਾਹਰ ਬੈਠੇ ਹੁੰਦੇ ਨਾ ਉਹ ਉਹਨਾਂ ਨੂੰ ਜਿੰਨਾ ਤੱਕ ਜਿੰਨਾ ਤੱਕ ਉਹ ਲੱਗਦੀਆਂ ਨੇ ਉਹ ਜੀਆਂ ਚੀਜ਼ਾਂ ਕਿਉਂ ਜੀ ਦੋਸਤੋ ਕਮੈਂਟ ਲਾਜ਼ਮੀ ਕਰਨਾ ਹੈ ਇਸ ਮੇਰੀ ਗੱਲ ਦੀ ਤਾਇਦ ਕਰਨੀ ਜੇ ਲਓ ਜੇ ਮਾਸ਼ਾਅੱਲਾ ਜੀ ਲਓ ਬਈ ਦੋਸਤੋ ਸ਼ਫਕਤੁੱਲਾ ਦੀਆਂ ਖੂਬਸੂਰਤ ਵਛੇਰੀਆਂ ਤੇ ਸੋਹਣੀ ਘੋੜੀ ਤੁਸੀਂ ਵੇਖ ਲਈਏ ਸ਼ਫਕਤੁੱਲਾ ਦਾ ਨੰਬਰ ਸ਼ੇਅਰ ਹੋ ਰਿਹਾ ਜਿਹੜਾ ਦੋਸਤ ਖਰੀਦਾਰ ਹੋਏਗਾ ਸ਼ਫਕਤੁੱਲਾ ਨਾਲ ਰਾਬਤਾ ਕਰ ਲੇਗਾ ਆਪਣਾ ਡੀਲ ਕਰਕੇ ਮਾਮਲਾਤ ਨੇੜੇ ਲਾ ਕੇ WhatsApp ਦੇ ਉੱਤੇ ਹਰ ਜਾਨਵਰ ਦੀ ਤਸੱਲੀ ਕਰਕੇ ਤੇ ਫਿਰ ਘਰੋਂ ਨਿਕਲਿਆ ਕਰੋ ਵੀਡੀਓ ਕਿਉਂ ਜੀ ਲੱਗੀ ਹੈ لازਮੀ ਦੱਸਣਾ ਜੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਆਪਣੇ ਵੀਰ ਜ਼ਗੀਰ ਬਾਸ ਰਿੰਦ ਸ਼ਫਕਤullah ਤੇਰਾ ਨਾਂ ਕੀ ਹੈ ਸਾਦਕ ਭਾਈ ਸਾਦਕ ਨੂੰ ਦੇ ਹੋਈ ਇਜਾਜ਼ਤ ਰੱਬ ਰੱਖੇ